ਸਾਬਕਾ ਮੰਤਰੀ ਧਰਮਸੋਤ ਦੇ ਘਰ ਈਡੀ ਦੀ ਰੇਡ ਪਈ ਹੈ ਜੀ ਹਾਂ ਅਮਲੋਹ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਠੇਕੇਦਾਰ ਹਰਮੋਹਿੰਦਰ ਦੇ ਘਰ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਕਥਿਤ ਜੰਗਲਾਤ ਘੁਟਾਲੇ ਨਾਲ ਇਹ ਜੁੜਿਆ ਹੋਇਆ ਮਾਮਲਾ ਹੈ ਜਿਸ ਵਿੱਚ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਤਕਰੀਬਨ 5 ਘੰਟੇ ਤੱਕ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਤੇ ਗ੍ਰਿਫਤਾਰੀ ਵੀ ਕੀਤੀ ਗਈ ਸੀ ਤੇ ਦਰਖਤਾਂ ਦੀ ਕਟਾਈ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ ਤੇ ਸੰਦਰ ਸਿੰਘ ਗਿਲਜੀਆਂ ਖਿਲਾਫ ਰਿਸ਼ਵਤਖੋਰੀ ਦੇ ਮਾਮਲੇ ਵਿੱਚ FIR ਦਰਜ ਕੀਤੀ ਸੀ 1000 ਕਰੋੜ ਰੁਪਏ ਕੇਂਦਰ ਵੱਲੋਂ ਦਰਖਤ ਲਗਾਉਣ ਲਈ ਪੈਸੇ ਦਿੱਤੇ ਗਏ ਸਨ ਤੇ ਉਸ ਪੈਸੇ ਦੇ ਦਰਖਤ ਨਹੀਂ ਲਗਾਏ ਗਏ ਸਨ ਇਸ ਦੀ ਕੇਂਦਰ ਸਰਕਾਰ ਜਾਂਚ ਕਰੇ ਇਹ ਮੰਗ ਉੱਠੀ ਸੀ ਤੇ ਅਤੇ ਪਹਾੜਾਂ ਦੀ ਜੜ ਵਿੱਚ ਪੈਂਦੇ ਜ਼ਿਲ੍ਹਿਆਂ ਵਿੱਚ ਜੰਗਲਾਤ ਅਫਸਰ ਲੱਗਣਾ ਮਹਿੰਗਾ ਸੌਦਾ ਸੀ ਜਦੋਂ ਕਿ ਮਲਵਈ ਜ਼ਿਲ੍ਹਿਆਂ ਵਿੱਚ ਤੈਨਾਤੀ ਦਾ ਭਾਅ ਸਸਤਾ ਸੀ ਇਹ ਉਦੋਂ ਬਿਆਨ ਸਾਹਮਣੇ ਆਇਆ ਸੀ ਇਹ ਗੱਲ ਉਦੋਂ ਸਾਹਮਣੇ ਆਈ ਸੀ ਜਦੋਂ ਪੁੱਛਗਿੱਛ ਕੀਤੀ ਗਈ ਸੀ ਵਿਜੀਲੈਂਸ ਬਿਊਰੋ ਵੱਲੋਂ ਤੇ ਉੱਥੇ ਵਿਜੀਲੈਂਸ ਮੁਤਾਬਕ ਮੋਹਾਲੀ ਰੋਪੜ ਨਵਾਂਸ਼ਹਿਰ ਹੁਸ਼ਿਆਰਪੁਰ ਤੇ ਪਠਾਨਕੋਟ ਜ਼ਿਲ੍ਹੇ ਵਿੱਚ ਜ਼ਿਲ੍ਹਾ ਜੰਗਲਾਤ ਅਫਸਰ ਵਜੋਂ ਤੈਨਾਤੀ ਲਈ ਖੁੱਲ੍ਹੀ ਬੋਲੀ ਲੱਗਦੀ ਸੀ ਜਿਸ ਵਿੱਚ ਪ੍ਰਤੀ ਤੈਨਾਤੀ ਜੋ ਹੈ 10 ਤੋਂ ਲੈ ਕੇ 20 ਲੱਖ ਰੁਪਏ ਤੱਕ ਵਸੂਲੇ ਜਾਂਦੇ ਸਨ ਤੇ ਮਾਲਵੇ ਦੇ ਜ਼ਿਲ੍ਹਿਆਂ ਵਿੱਚ ਤੈਨਾਤੀ ਲਈ 5 ਤੋਂ ਲੈ ਕੇ 7 ਲੱਖ ਰੁਪਏ ਵਸੂਲੇ ਜਾਂਦੇ ਸਨ ਵਿਜੀਲੈਂਸ ਕੋਲ ਕਬੂਲ ਕੀਤਾ ਗਿਆ ਸੀ ਕਿ ਤੈਨਾਤੀਆਂ ਤੇ ਬਦਲੀਆਂ ਤੋਂ ਕਰੀਬ 3 ਤੋਂ 4 ਕਰੋੜ ਰੁਪਏ ਕਮਾਏ ਗਏ ਸਨ ਤੇ ਇਹ ਦੱਸ ਦਈਏ ਕਿ ਜਾਂਚ ਲਈ ਸਾਬਕਾ ਮੰਤਰੀ ਧਰਮਸੋਤ ਦੀ ਸੰਪਤੀ ਨੂੰ ਵੀ ਖੰਗਾਲਿਆ ਗਿਆ ਸੀ ਤੇ ਅੱਜ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਮਲੋਹ ਵਿੱਚ ਛਾਪੇਮਾਰੀ ਈਡੀ ਵੱਲੋਂ ਕੀਤੀ ਜਾ ਰਹੀ ਹੈ ਠੇਕੇਦਾਰ ਹਰਮਹਿੰਦਰ ਦੇ ਘਰ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਵੀ ਦੱਸਿਆ ਸੀ ਕਿ ਹਰਮਹਿੰਦਰ ਸਿੰਘ ਉਰਫ ਹਮੀ ਨਾਂ ਦਾ ਠੇਕੇਦਾਰ ਆਪਣੀ ਫਰ ਗੁਰੂਹਾਲ ਐਸੋਸੀਏਟਸ ਦੇ ਨਾਂ ਤੇ ਜੰਗਲਾਤ ਵਿਭਾਗ ਤੋਂ ਕਟਾਈ ਲਈ ਲੋੜੀਂਦਾ ਪਰਮਿਟ ਪ੍ਰਾਪਤ ਕਰਕੇ ਸੂਬੇ ਵਿੱਚ ਖੈਰ ਦੇ ਦਰਖਤ ਕੱਟਣ ਤੇ ਵੇਚਣ ਦਾ ਕਾਰੋਬਾਰ ਕਰਦਾ ਸੀ ਤੇ ਉਸਨੇ ਅਕਤੂਬਰ ਮਾਰਚ ਸੀਜ਼ਨ ਲਈ ਲਗਭਗ 7000 ਦਰਖਤ ਕੱਟਣ ਲਈ ਪਰਮਿਟ ਲਏ ਸਨ ਇਸ ਲਈ ਉਸ ਨੂੰ 1000 ਪ੍ਰਤੀ ਦਰਖਤ ਰਿਸ਼ਵਤ ਦੇਣੀ ਪਈ ਜਿਸ ਵਿੱਚੋਂ ਸਾਧੂ ਸਿੰਘ ਧਰਮਸੋਤ ਨੂੰ 500 ਰੁਪਏ ਪ੍ਰਤੀ ਦਰਖਤ ਡਿਵੀਜ਼ਨਲ ਜੰਗਲਾਤ ਅਫਸਰ ਨੂੰ 200 ਰੁਪਏ ਤੇ ਰੇਂਜ ਅਫਸਰ ਬਲਾਕ ਅਫਸਰ ਤੇ ਵਣ ਗਾਰਡ ਨੂੰ 100 ਰੁਪਏ ਪ੍ਰਤੀ ਦਰਖਤ ਰਿਸ਼ਵਤ ਦਿੱਤੀ ਗਈ ਸੀ ਤੇ ਇਸ ਤੋਂ ਇਲਾਵਾ ਮੋਹਾਲੀ ਵਿੱਚ 15 ਹੋਰ ਠੇਕੇਦਾਰ ਸਨ ਜਿਨ੍ਹਾਂ ਨੇ ਇਸ ਠੇਕੇਦਾਰ ਵਾਂਗ ਹੀ ਜਿੱਥੇ ਛਾਪੇਮਾਰੀ ਚੱਲ ਰਹੀ ਹੈ ਤੇ ਰਿਸ਼ਵਤ ਦੇਣੀ ਪਈ ਸੀ ਨਹੀਂ ਤਾਂ ਉਹਨਾਂ ਨੂੰ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤੇ ਆਸ਼ੂ ਤਮਾਮ ਜਾਣਕਾਰੀ ਚਾਹਾਂਗੇ ਪਹਿਲਾਂ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਤੇ ਹੁਣ ਈਡੀ ਦੇ ਸ਼ਿਕੰਜੇ ਵਿੱਚ ਸਾਧੂ ਸਿੰਘ ਧਰਮਸੋਤ ਜੀ ਬਿਲਕੁਲ ਗੱਲ ਕਰੀਏ ਨੀਲਮ ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ ਨੇ ਜੰਗਲਾਤ ਵਿਭਾਗ ਇਹਨਾਂ ਨੇ ਲੰਬਾ ਸਮਾਂ ਰੱਖਿਆ ਤੇ ਐਸੀ ਸਕਾਲਰਸ਼ਿਪ ਦਾ ਜਿਹੜਾ ਆਪਾਂ ਕੀ ਕੀ ਘੁਟਾਲਾ ਹੋਇਆ ਸੀ ਉਸ ਦੇ ਵਿੱਚ ਵੀ ਚਰਚਾ ਚ ਆਇਆ ਸੀ ਵਿਜੀਲੈਂਸ ਨੇ ਜਿਹੜਾ ਜੰਗਲਾਤ ਵਿਭਾਗ ਚ ਘੁਟਾਲਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਈਡੀ ਨੇ ਵਿਜੀਲੈਂਸ ਤੋਂ ਰਿਕਾਰਡ ਮੰਗਿਆ ਤਾਂ ਉਸ ਤੋਂ ਬਾਅਦ ਜਾਂਚ ਚੱਲੀ ਇੱਕ ਆਪਾਂ ਕੀ ਇਹਨਾਂ ਦੇ ਦੋ ਸਾਥੀਆਂ ਨੂੰ ਵੀ ਆਪਾਂ ਕੀ ਉਦੋਂ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਵਿਜੀਲੈਂਸ ਨੂੰ ਸ਼ਾਮਲ ਕੀਤਾ ਸੀ ਤੇ ਹੁਣ ਈਡੀ ਨੇ ਜਿਹੜਾ ਰਿਕਾਰਡ ਮੰਗਿਆ ਉਸ ਤੋਂ ਬਾਅਦ ਕਈ ਸਾਥੀ ਈਡੀ ਦੇ ਹੱਥ ਲੱਗੇ ਜਿਸ ਤੋਂ ਬਾਅਦ ਅੱਜ ਕੜਕ ਸਾਹਿਬ ਸਾਧੂ ਸਿੰਘ ਧਰਮਸੋਤ ਦੇ ਘਰ ਪੱਤਰਕਾਰ ਜਿਹੜਾ ਆਪਾਂ ਕੀ ਕਮਲ ਹੈਗਾ ਉਸਦੇ ਘਰ ਖੰਨਾ ਦੇ ਵਿੱਚ ਰੇਡ ਚੱਲ ਰਹੀ ਜਗ੍ਹਾ ਜਗ੍ਹਾ ਤੇ ਰੇਡ ਈਡੀ ਵੱਲੋਂ 3 ਜਗ੍ਹਾ ਤੇ ਚੱਲ ਰਹੀ ਹੈਗੀ ਤੇ ਕਈ ਤਰ੍ਹਾਂ ਦਾ ਰਿਕਾਰਡ ਹੈ ਜਿਹੜਾ ਇਕੱਠਾ ਕੀਤਾ ਜਾ ਰਿਹਾ ਜੀ ਆਸ਼ੂ ਇਸ ਤੋਂ ਇਲਾਵਾ ਪਹਿਲਾਂ ਵੇਖਿਆ ਗਿਆ ਸੀ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤੇ IPC ਦੀ ਧਾਰਾ 120 ਤਹਿਤ ਜੋ ਹੈ ਇੱਕ IFS ਅਧਿਕਾਰੀ ਅਮਿਤ ਚੌਹਾਨ DFO ਤੇ ਸਾਧੂ ਸਿੰਘ ਧਰਮਸੋਤ ਸੰਗਤ ਸਿੰਘ ਗਿੱਲ ਜੀ ਆ ਕਈ ਨਾਂ ਇਸ ਤਰ੍ਹਾਂ ਦੇ ਸਾਹਮਣੇ ਆਏ ਸਨ ਤੇ ਇਹਨਾਂ ਤੇ FIR ਦਰਜ ਕੀਤੀ ਗਈ ਸੀ ਉਸ ਸਮੇਂ ਵਿਜੀਲੈਂਸ ਨੇ ਕੀਤੀ ਸੀ ਤੇ ਹੁਣ ED ਵੱਲੋਂ ਕੀਤੀ ਜਾ ਰਹੀ ਹੈ ਤੇ ਮਾਮਲਾ ਉਹੀ ਜੰਗਲਾਤ ਘੁਟਾਲੇ ਵਾਲਾ ਦੱਸਿਆ ਜਾ ਰਿਹਾ ਤੇ ਕਿਵੇਂ ਵੇਖਿਆ ਜਾਵੇ ਲਗਾਤਾਰ ਪਹਿਲਾਂ ਤਾਂ ਵਿਜੀਲੈਂਸ ਦੀ ਰਡਾਰ ਤੇ ਹੁਣ ਕੇਂਦਰੀ ਜੋ ਏਜੰਸੀਆਂ ਉਹਨਾਂ ਦੀ ਰਡਾਰ ਤੇ ਵੀ ਸਾਬਕਾ ਮੰਤਰੀ ਨਜ਼ਰ ਆ ਰਹੇ ਨੇ ਹਾਲਾਂਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਸਿਆਸੀ ਬਦਲਾਖੋਰੀ ਆਮ ਆਦਮੀ ਪਾਰਟੀ ਕਰ ਰਹੀ ਹੈ ਪਰ ਇੱਥੇ ਤਾਂ ED ਵੱਲੋਂ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ ਨੀਲਮ ਜਦੋਂ ED ਰੇਡ ਕਰਦੀ ਹੈ ਤਾਂ ਸੁਭਾਵਿਕ ਤੌਰ ਤੇ ਪੈਸਿਆਂ ਦਾ ਮਾਮਲਾ ਹੁੰਦਾ ਹੈ ਪੈਸੇ ਦੇ ਲੈਣ ਦੇਣ ਦਾ ਮਾਮਲਾ ਹੁੰਦਾ ਪੈਸਿਆਂ ਦੇ ਵਿੱਚ ਗਬਨ ਦਾ ਮਾਮਲਾ ਹੁੰਦਾ ਜਾਂ ਵਿਦੇਸ਼ਾਂ ਤੋਂ ਫੰਡਿੰਗ ਦਾ ਮਾਮਲਾ ਹੁੰਦਾ ਅਜਿਹੇ ਮਾਮਲਿਆਂ ਦੇ ਵਿੱਚ ED ਕਾਰਵਾਈ ਕਰਦੀ ਤਾਂ ਸੁਭਾਵਿਕ ਤੌਰ ਤੇ ਪੈਸਿਆਂ ਨਾਲ ਸੰਬੰਧਿਤ ਹੈਗਾ ਹੁਣ ਦੇਖਣਾ ਹੈ ਕਿ ED ਕੀ ਤੱਥ ਜੋੜਦੀ ਹੈ ਕਿ ਸਿਰਫ ਇਸੇ ਇੰਡੀਵਿਜੁਅਲ ਕੇਸ ਜਿਹੜਾ ਜੰਗਲਾਤ ਵਿਭਾਗ ਦੇ ਨਾਲ ਜੁੜਿਆ ਹੈ ਉਸੇ ਦੇ ਨਾਲ ED ਇਸ ਨੂੰ ਸ਼ਾਮਿਲ ਕੀਤਾ ਜਾਂਦਾ ਜਾਂ ਜਿਹੜਾ ਆਪਾਂ ਕੀ ਭ੍ਰਿਸ਼ਟਾਚਾਰ ਦੇ ਤਹਿਤ ਸਾਧੂ ਸਿੰਘ ਧਰਮਸੋਤ ਦੇ ਉੱਪਰ ਆਰੋਪ ਲੱਗੇ ਸੀ ਕਿ ਸਕਾਲਰਸ਼ਿਪ ਦੇ ਵਿੱਚ ਉਹਨਾਂ ਨੇ ਵੱਡਾ ਘੁਟਾਲਾ ਕੀਤਾ ਉਹਨੂੰ ਵੀ ਇਸ ਮਾਮਲੇ ਦੇ ਨਾਲ ਜੋੜਦੀ ਹੈ ਹੁਣ ਦੇਖਣ ਵਾਲੀ ਹੈ ਕਿ ED ਦੇ ਕੋਲ ਤੱਥ ਕੀ ਹੈਗੇ ਪੰਜਾਬ ਸਰਕਾਰ ਦੀ ਵਿਜੀਲੈਂਸ ਨੇ ਕਾਰਵਾਈ ਕੀਤੀ ਸੀ
सिर्फ भ्रष्टाचार की जंगलात विभाग च घोटाला होया सी उस मामले च कीती सी जी। फिलहाल आशु तमाम जानकारी दे लई बहुत बहुत शुक्रिया। अमलोह विच छापेमारी की जा रही है, ठेकेदार हर महेंद्र दे घर ते भी छापेमारी की जा रही है।